ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਮੈਂ ਸੁਖਦੇਵ ਸਿੰਘ, ਪਿੰਡ ਸੰਗਟੇ ਸਿਆਂ, ਹਲਕਾ ਜਲੰਧਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਖੜ੍ਹਾ ਹਾਂ। ਮੇਰਾ ਚੋਣ ਨਿਸ਼ਾਨ ਹਾਕੀ ਗੋਲਾ ਹੈ। ਮੈਂ ਰਾਜਨੀਤੀ ਵਿੱਚ ਪਹਿਲਾਂ ਕਦੇ ਕਦਮ ਨਹੀਂ ਰੱਖਿਆ, ਪਰ ਰਾਜਨੀਤੀ ਦਾ ਮਤਲਬ ਹੈ ਕਿ ਜਿਹੜਾ ਨੇਤਾ ਆ ਉਹ ਸਾਡੇ ਦੇਸ਼ ਦੀਆਂ ਸਮੱਸਿਆਵਾਂ ਨੂੰ ਪਹਿਲਾਂ ਲੱਭੇ, ਫਿਰ ਉਹਨਾਂ ਦਾ ਹੱਲ ਲੱਭੇ। ਅਗਰ ਉਹਦੇ ਕੋਲ ਕੋਈ ਹੱਲ ਨਹੀਂ ਤਾਂ ਉਹਨੂੰ ਜਨਤਾ ਦਾ ਸਾਥ ਲੈ ਕੇ ਜਿਹੜੀ ਵੀ ਸਮੱਸਿਆ ਹੈ ਉਹਨੂੰ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੇਰੇ ਹਿਸਾਬ ਨਾਲ ਜੋ ਨੇਤਾ ਆ ਉਸਦਾ ਇਹੀ ਆਪਣੇ ਦੇਸ਼ ਦੇ ਪ੍ਰਤੀ ਇੱਕ ਕਦਮ ਹੁੰਦਾ ਹੈ ਜੋ ਕਿ ਉਹ ਦੇਸ਼ ਦੀ ਤਰੱਕੀ ਦੇ ਲਈ ਚੁੱਕਦਾ ਹੈ। ਅਗਰ ਉਹਨੂੰ ਆਪਣੇ ਦੇਸ਼ ਦੀਆਂ ਸਮੱਸਿਆਵਾਂ ਬਾਰੇ ਨਹੀਂ ਪਤਾ ਜਾਂ ਉਹਨਾਂ ਦਾ ਹੱਲ ਕਰਨ ਬਾਰੇ ਨਹੀਂ ਪਤਾ, ਫਿਰ ਸਾਨੂੰ ਉਹਨਾਂ ਨੇਤਾਵਾਂ ਤੋਂ ਥੋੜ੍ਹਾ ਜਿਹਾ ਸਾਵਧਾਨ ਰਹਿਣਾ ਚਾਹੀਦਾ। ਜਿਸ ਤਰ੍ਹਾਂ ਮੈਂ ਬਾਹਰਲੇ ਮੁਲਕਾਂ ਦੇ ਵਿੱਚ ਰਿਹਾ, ਤਕਰੀਬਨ 20-25 ਦੇਸ਼ ਮੈਂ ਘੁੰਮੇ ਨੇ, ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੀ ਰਾਜਨੀਤੀ ਆ ਉਹ ਬਹੁਤ ਹੀ ਸ਼ਾਂਤਮਈ ਮਾਹੌਲ ਦੇ ਵਿੱਚ ਰਹਿੰਦੀ ਹੈ। ਕੋਈ ਵੀ ਮਤਲਬ ਨੇਤਾ, ਕੋਈ ਵੀ ਜਿਹੜਾ ਪੋਲੀਟੀਸ਼ਨ ਹੈ ਉਹ ਇੱਕ ਦੂਜੇ ਦੇ ਖਿਲਾਫ਼ ਜਿਹੜਾ ਥੋੜ੍ਹਾ ਜਾਂਦੇ ਹੈ, ਪਰ ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਹੈ ਇਸ ਤਰ੍ਹਾਂ ਦੇ ਇੱਦਾਂ ਉਹਨਾਂ ਦਾ ਰਵੱਈਆ ਨਹੀਂ ਹੁੰਦਾ। ਸੋ ਮੈਂ ਬਾਹਰਲੇ ਦੇਸ਼ਾਂ ਦੇ ਹਿਸਾਬ ਨਾਲ ਜਦੋਂ ਆਪਣੇ ਦੇਸ਼ ਵਿੱਚ ਆਇਆ, ਮੈਂ ਚਾਹੁੰਦਾ ਸੀ ਕਿ ਸਾਡੇ ਦੇਸ਼ ਵਿੱਚ ਵੀ ਜੋ ਰਾਜਨੇਤਾ ਸ਼ਾਂਤਮਈ ਮਾਹੌਲ ਦੇ ਨਾਲ ਵੋਟਾਂ ਹੋਣੀਆਂ ਚਾਹੀਦੀਆਂ। ਸ਼ਾਂਤਮਈ ਮਾਹੌਲ ਦੇ ਨਾਲ ਹੀ ਸਾਨੂੰ ਇੱਕ ਦੂਜੇ ਨਾਲ ਰਲ ਮਿਲ ਕੇ ਜਾਂ ਇੱਕ ਦੂਜੇ ਦੇ ਪਾਰਟੀ ਦਾ ਰਲ ਮਿਲ ਕੇ ਆਪਣੇ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਚਾਹੀਦਾ, ਕਿਉਂਕਿ ਹੁਣ ਸਾਡਾ ਦੇਸ਼ ਜਿਹੜਾ ਹੈ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ ਉਲਝਦਾ ਜਾ ਰਿਹਾ। ਜਿਸ ਤਰ੍ਹਾਂ ਕਿ ਭ੍ਰਿਸ਼ਟਾਚਾਰ ਦੀ ਸਮੱਸਿਆ ਜਾਂ ਨਸ਼ੇ ਦੀ ਸਮੱਸਿਆ ਲੈ ਲਓ, ਇਸ ਤਰ੍ਹਾਂ ਦੀਆਂ ਬੇਰੁਜ਼ਗਾਰੀ ਸਮੱਸਿਆ ਲੈ ਲਓ, ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਵਿੱਚ ਅਸੀਂ ਉਲਝ ਰਹੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਸੋਚਿਆ ਕਿ ਸਾਨੂੰ ਵੀ ਜਿਨ੍ਹਾਂ ਸਮੱਸਿਆਵਾਂ ਦਾ ਹੱਲ ਪਤਾ ਆ ਅਤੇ ਸਾਨੂੰ ਆਪਣੇ ਦੇਸ਼ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਦਾ ਹੱਲ ਕਰਨਾ ਚਾਹੀਦਾ ਹੈ। ਅਤੇ ਇਸ ਹੱਲ ਨੂੰ ਮਤਲਬ ਪੂਰਾ ਕਰਨ ਦੇ ਲਈ ਸਾਨੂੰ ਯੰਗ ਜਨਰੇਸ਼ਨ ਨੂੰ ਅੱਗੇ ਆਉਣ ਦੀ ਲੋੜ ਹੈ, ਕਿਉਂਕਿ ਯੰਗ ਜਨਰੇਸ਼ਨ ਹੀ ਹਰ ਦੇਸ਼ ਦਾ ਭਵਿੱਖ ਹੁੰਦਾ ਹੈ। ਜੇਕਰ ਸਾਡਾ ਇਹ ਭਵਿੱਖ ਨਸ਼ਿਆਂ ਦੇ ਵਿੱਚ ਰੁਲ ਗਿਆ ਤਾਂ ਸਾਡੇ ਦੇਸ਼ ਦਾ ਜਿਹੜਾ ਆਉਣ ਵਾਲਾ ਸਮਾਂ ਆ ਸਮਝੋ ਉਹ ਅੰਧੇਰੇ ਦੀ ਤਰਫ ਜਾਂਦਾ ਹੈ। ਅਗਰ ਅਸੀਂ ਆਪਣੇ ਦੇਸ਼ ਦੀ ਜਨਰੇਸ਼ਨ ਨੂੰ ਇੱਕ ਸਹੀ ਦਿਸ਼ਾ ਦਿੰਦੇ ਹਾਂ, ਸਹੀ ਸ਼ਿਕਸ਼ਾ ਦਿੰਦੇ ਹਾਂ, ਸਕੂਲਾਂ ਕਾਲਜਾਂ ਵਿੱਚ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਉਂਦੇ ਹਾਂ, ਉਹਨਾਂ ਨੂੰ ਰਾਜਨੀਤੀ ਬਾਰੇ ਜਾਂ ਦੇਸ਼ ਬਾਰੇ ਜਾਂ ਇਹਨਾਂ ਚੀਜ਼ਾਂ ਬਾਰੇ ਦੱਸਿਆ ਜਾਵੇ, ਤਾਂ ਕਿ ਉਹ ਦੇਸ਼ ਦਾ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਚਮਕਦਾਰ ਬਣਾ ਸਕਣ। ਜਿਸ ਤਰ੍ਹਾਂ ਮੈਂ ਇੱਥੇ ਆ ਕੇ ਹੁਣ ਜਿਹੜਾ ਇਲੈਕਸ਼ਨ ਸਿਸਟਮ ਹੈ ਉਸਨੂੰ ਦੇਖਿਆ, ਬਾਹਰਲੇ ਮੁਲਕ ਵਿੱਚ ਵੀ ਅਸੀਂ ਆਪਣੇ ਇਲੈਕਸ਼ਨ ਸਿਸਟਮ ਨੂੰ ਦੇਖਿਆ, ਅਤੇ ਇੱਥੇ ਜਿੱਦਾਂ ਬਹੁਤ ਜ਼ਿਆਦਾ ਬੇਫਜ਼ੂਲ ਖਰਚੇ ਕੀਤੇ ਜਾ ਰਹੇ ਨੇ, ਰੋਡ ਸ਼ੋਅ, ਰੈਲੀਆਂ, ਪਤਾ ਨਹੀਂ ਹੋਰ ਕਿੱਥੇ ਕਿੱਥੇ ਲੋਕ ਖਰਚੇ ਕਰ ਰਹੇ ਨੇ, ਤੋ ਇਹ ਸਾਰੇ ਦਾ ਸਾਰਾ ਜਿਹੜਾ ਵਜ਼ਨ ਹੈ ਸਾਡੀ ਜਨਤਾ 'ਤੇ ਪੈਂਦਾ ਹੈ। ਫਿਰ ਬਾਅਦ ਦੇ ਵਿੱਚ ਪਤਾ ਚੱਲਦਾ ਜੀ ਮਹਿੰਗਾਈ ਬਹੁਤ ਹੋ ਗਈ ਹੈ, ਅਸੀਂ ਇੱਕ ਮੁੱਦਾ ਹਾਲੇ ਹੱਲ ਨਹੀਂ ਕਰ ਸਕਦੇ ਅਤੇ ਇੱਕ ਮਹਿੰਗਾਈ ਹੋਰ ਹੋਣ ਦਾ ਸਾਡੇ ਦੇ ਉੱਤੇ ਹੋਰ ਭਾਰ ਚੜ੍ਹ ਜਾਂਦਾ। ਸੋ ਬਾਹਰ ਜਿੰਨੇ ਵੀ ਇਲੈਕਸ਼ਨ ਹੁੰਦੇ ਨੇ ਉਹ ਬਿਲਕੁਲ ਮਤਲਬ ਖਰਚਾ ਜਿਹੜਾ ਉੱਥੇ ਕਰਨ ਦਾ ਅਲਾਊਡ ਨਹੀਂ ਹੈਗਾ। ਮੈਕਸੀਮਮ ਉਹ ਘਰਾਂ ਦੇ ਵਿੱਚ ਪੇਪਰ ਪਾਉਂਦੇ ਨੇ ਜਾਂ ਕੋਈ ਟੀ ਵੀ 'ਤੇ ਆਪਣੀ ਐਡ ਦੇ ਸਕਦੇ ਨੇ। ਇਸ ਤੋਂ ਇਲਾਵਾ ਉਹ ਕੋਈ ਰੋਡ ਸ਼ੋਅ ਜਾਂ ਕਿਤੇ ਹੋਰ ਖਰਚਾ ਜਾਂ ਕਿਸੇ ਖਾਣ ਪੀਣ ਦਾ ਖਰਚਾ ਇਹ ਇਸ ਤਰ੍ਹਾਂ ਦੇ ਖਰਚੇ ਦਾ ਬਾਹਰ ਬਿਲਕੁਲ ਅਲਾਊਡ ਨਹੀਂ ਹੈਗਾ। ਸੋ ਮੈਂ ਚਾਹੁੰਦਾ ਹਾਂ ਕਿ ਸਾਡੇ ਦੇਸ਼ ਵਿੱਚ ਵੀ ਇਹਨਾਂ ਚੀਜ਼ਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ੋਰ ਪਾਇਆ ਜਾਵੇ ਅਤੇ ਜਿਹੜੇ ਬੇਫਜ਼ੂਲ ਖਰਚੇ ਆ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਬਿਲਕੁਲ ਟੋਟਲ ਬੰਦ ਕੀਤਾ ਜਾਵੇ,
ਜਿਸ ਤਰ੍ਹਾਂ 2014 ਦੀਆਂ ਚੋਣਾਂ ਵਿੱਚ 3,500 ਕਰੋੜ ਤੋਂ ਜ਼ਿਆਦਾ ਖਰਚਾ ਕੀਤਾ ਗਿਆ। ਅਗਰ ਇਹ 3,500 ਕਰੋੜ ਅਸੀਂ ਜਨਤਾ ਦੇ ਆਪਣੇ ਦੇਸ਼ 'ਤੇ ਲਗਾਉਂਦੇ ਤਾਂ ਸਾਡਾ ਦੇਸ਼ ਇੱਕ ਕਦਮ ਅੱਗੇ ਤਰੱਕੀ ਦੀ ਤਰਫ ਜਾਂਦਾ ਹੈ। ਅਤੇ ਬਾਕੀ ਚੋਣਾਂ ਦੇ ਵੇਲੇ ਮੈਂ ਦੇਖਿਆ ਕਿ ਸਾਡੇ ਦੇਸ਼ ਵਿੱਚ ਕਈ ਜਗ੍ਹਾ 'ਤੇ ਝਗੜੇ ਵੀ ਹੁੰਦੇ ਨੇ, ਦੰਗੇ ਫਸਾਦ ਹੁੰਦੇ ਨੇ। ਬਾਹਰਲੇ ਮੁਲਕਾਂ ਵਿੱਚ ਇਸ ਤਰ੍ਹਾਂ ਦੀ ਚੀਜ਼ ਵੀ ਮੈਨੇ 26-27 ਸਾਲ ਦੇ ਵਿੱਚ ਮੈਂ ਕਦੀ ਨਹੀਂ ਦੇਖੀ। ਸੋ ਇਹ ਜਿਹੜੇ ਚੋਣਾਂ ਦੇ ਵੇਲੇ ਝਗੜੇ ਹੁੰਦੇ ਨੇ, ਇਹਨਾਂ ਦਾ ਮੇਰੇ ਹਿਸਾਬ ਦੇ ਨਾਲ ਜਿਹੜਾ ਮੁੱਖ ਕਾਰਨ ਆ, ਕੁਛ ਸਾਡੇ ਸਮਾਜ ਦੇ ਵਿੱਚ ਐਸੇ ਲੋਕ ਨੇ ਜੋ ਪ੍ਰਧਾਨ ਜਾਂ ਰੱਖ ਲਓ ਕਿ ਸਮੁਦਾਇ ਦੇ ਕੋਈ ਚੌਧਰੀ ਨੇ, ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਸਾਡੇ ਮਾਹੌਲ ਨੂੰ ਗੰਦਾ ਕਰਦੇ ਨੇ। ਸੋ ਮੈਂ ਚਾਹੁੰਦਾ ਕਿ ਜਿਹੜੇ ਇਲੈਕਸ਼ਨ ਦੇ ਵਿੱਚ ਕਿਸੇ ਵੀ ਸਮੁਦਾਇ ਨੂੰ ਅੱਗੇ ਆਉਣ ਦਾ ਮੌਕਾ ਨਾ ਦਿੱਤਾ ਜਾਵੇ। ਜਿਸ ਤਰ੍ਹਾਂ ਯੂਰਪ ਦੇ ਵਿੱਚ ਕੋਈ ਵੀ ਪੰਚ ਜਾਂ ਸਰਪੰਚ ਜਾਂ ਇਸ ਤਰ੍ਹਾਂ ਦੇ ਲੋਕ ਛੋਟੇ ਛੋਟੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਸਾਡੀਆਂ ਸਮੁਦਾਇ ਨੇ, ਇਸ ਤਰ੍ਹਾਂ ਦੀ ਸਮੁਦਾਇ ਜਿਹੜੀਆਂ ਵੱਧ ਚੜ੍ਹ ਕੇ ਪਾਰਟੀਆਂ ਦੇ ਵਿੱਚ ਹਿੱਸਾ ਲੈਂਦੀਆਂ ਨੇ, ਇੱਕ ਦੂਜੇ ਦੇ ਖਿਲਾਫ ਜਾਂਦੀਆਂ ਨੇ, ਪਰ ਬਾਹਰਲੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਅਲਾਊਡ ਨਹੀਂ ਹੈਗੀ। ਸੋ ਮੈਂ ਚਾਹੁੰਦਾ ਹਾਂ ਕਿ ਸਾਡੇ ਦੇਸ਼ ਵਿੱਚ ਵੀ ਸ਼ਾਂਤਮਈ ਮਾਹੌਲ ਦੇ ਨਾਲ ਚੋਣਾਂ ਕਰਵਾਉਣ ਦੇ ਲਈ ਇਹਨਾਂ ਸਾਰੀਆਂ ਸਮੁਦਾਇਆਂ ਨੂੰ ਪਿੱਛੇ ਕਰ ਦਿੱਤਾ ਜਾਵੇ। ਚੋਣ ਪ੍ਰਚਾਰ ਸਿਰਫ ਤੋਂ ਸਿਰਫ TV ਰਾਹੀਂ ਜਾਂ ਘਰ ਘਰ ਉਹ ਪੇਪਰ ਸੁੱਟਣ ਰਾਹੀਂ ਹੀ ਕੀਤਾ ਜਾਵੇ। ਬਾਕੀ ਕਿਸੇ ਨੂੰ ਵੀ ਅਲਾਓ ਨਾ ਕੀਤਾ ਜਾਵੇ ਕਿਸੇ ਦੇ ਘਰ ਵਿੱਚ ਜਾਣ ਲਈ, ਜਾਂ ਉਹ ਬਾਹਰ ਸਟੇਜਾਂ 'ਤੇ ਖੜ੍ਹੇ ਹੋ ਕੇ ਜੋ ਛੋਟੀਆਂ ਛੋਟੀਆਂ ਸਮੁਦਾਵਾਂ ਵਾਲੇ ਲੋਕ ਨੇ ਕੁਛ ਬੋਲਦੇ ਨੇ, ਇਹਨਾਂ ਚੀਜ਼ਾਂ ਨੂੰ ਵੀ ਚੋਣ ਪ੍ਰਚਾਰ ਦੇ ਸਮੇਂ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਹਨਾਂ ਦਾ ਸਾਡੇ ਦੇਸ਼ 'ਤੇ ਸਾਡੇ ਲੋਕਾਂ 'ਤੇ ਜਿਹੜਾ ਅੱਛਾ ਅਸਰ ਨਹੀਂ ਆ ਰਿਹਾ ਬਲਕਿ ਖਰਾਬ ਆ ਰਿਹਾ। ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਦੇਸ਼ ਨੂੰ ਅਗਰ ਅੱਛਾ ਬਣਾਉਣਾ ਹੈ ਤਾਂ ਸਾਨੂੰ ਜਿਹੜੀਆਂ ਚੀਜ਼ਾਂ ਸਾਡੇ ਦੇਸ਼ ਦੇ ਵਿੱਚ ਵਿਘਨ ਪਾਉਂਦੀਆਂ ਨੇ ਉਹਨਾਂ ਨੂੰ ਬਿਲਕੁਲ ਬਾਹਰ ਕੱਢ ਦੇਣਾ ਚਾਹੀਦਾ ਹੈ, ਉਹਨਾਂ 'ਤੇ ਰੁਕਾਵਟ ਲਾ ਦੇਣੀ ਚਾਹੀਦੀ ਹੈ। ਅਤੇ ਸਰਕਾਰ ਨੂੰ ਵੀ ਮਤਲਬ ਇਹਦੇ ਲਈ ਜਾਂ ਕਾਨੂੰਨ ਜੋ ਵੀ ਹੈਗਾ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਤਾਂ ਕਿ ਜਿਹੜਾ ਦੇਸ਼ ਦੇ ਵਿੱਚ ਸਾਡਾ ਜਿਹੜਾ ਲੋਕਤੰਤਰ ਦਾ ਹੱਕ ਹੈ ਉਹਨੂੰ ਅਸੀਂ ਪੀਸਫੁਲੀ ਤਰੀਕੇ ਦੇ ਨਾਲ ਨਿਭਾ ਸਕੀਏ, ਕਿਉਂਕਿ ਵੋਟ ਸਾਡਾ ਉਹ ਅਧਿਕਾਰ ਹੈ ਜਿਹਦੇ ਨਾਲ ਇੱਕ ਅਸੀਂ ਅੱਛੀ ਸਰਕਾਰ ਚਾਹੁੰਦੀ ਹੈ। ਅੱਛੀ ਸਰਕਾਰ ਹੀ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ, ਅੱਛੀ ਸਰਕਾਰ ਹੀ ਸਾਡੇ ਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਲੱਭ ਸਕਦੀ ਹੈ। ਜੇ ਸਰਕਾਰਾਂ ਹੀ ਇੱਕ ਦੂਜੇ ਦੇ ਖਿਲਾਫ਼ ਜਾਂਦੀਆਂ ਨੇ ਤਾਂ ਉਹ ਲੋਕ ਜਾਂ ਉਹ ਦੇਸ਼ ਕਦੀ ਤਰੱਕੀ ਨਹੀਂ ਕਰ ਸਕਦੇ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਨੂੰ ਧਰਮ ਲੈ ਲਓ, ਕੋਈ ਜਾਤ ਪਾਤ ਲੈ ਲਓ। ਔਰ ਇਸ ਸਾਲ ਨਵਾਂ ਮੁੱਦਾ ਮੈਂ ਦੇਖਿਆ ਕਿ ਸਾਡੇ ਦੇਸ਼ ਦੀ ਜਿਹੜੀ ਨੌਜਵਾਨ ਜਿਹੜੇ ਸਰਹੱਦਾਂ 'ਤੇ ਖੜ੍ਹੇ ਨੇ, ਸਾਡੀ ਜਿਹੜੀ ਆਰਮੀ ਹੈ ਉਹਨਾਂ ਨੂੰ ਵੀ ਇੱਕ ਚੋਣ ਮੁੱਦਾ ਬਣਾ ਲਿਆ ਗਿਆ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਦੇਸ਼ ਦੇ ਤਰੱਕੀ ਵਾਸਤੇ ਨਹੀਂ ਹਨ, ਤਰੱਕੀ ਦਾ ਸੰਬੰਧ ਸਿਰਫ ਵਪਾਰ ਦੇ ਨਾਲ ਹੁੰਦਾ ਹੈ। ਸੋ ਮੈਂ ਚਾਹੁੰਦਾ ਹਾਂ ਕਿ ਅਗਰ ਦੇਸ਼ ਦੀ ਤਰੱਕੀ ਕਰਨੀ ਹੈ ਤਾਂ ਸਾਨੂੰ ਵਪਾਰ ਦੇ ਉੱਤੇ ਸਾਨੂੰ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ, ਨਾ ਕਿ ਅਸੀਂ ਧਰਮਾਂ ਦੇ ਜਾਂ ਜਾਤ ਪਾਤ 'ਤੇ ਜਾਂ ਆਪਣੇ ਆਰਮੀ ਦੇ ਨੌਜਵਾਨਾਂ ਦੇ ਸਿਰ ਦੇ ਉੱਤੇ ਬੈਠ ਕੇ ਅਸੀਂ ਰਾਜਨੀਤੀ ਕਰੀਏ। ਇਹ ਰਾਜਨੀਤੀ ਵਾਸਤੇ ਚੀਜ਼ਾਂ ਨਹੀਂ ਹੈਗੀਆਂ, ਸਾਡੇ ਦੇਸ਼ ਦੀ ਆਰਮੀ ਸਾਡੇ ਦੇਸ਼ ਦੀ ਸਿਕਿਉਰਿਟੀ ਹੈ। ਸੋ ਅਸੀਂ ਉਹਨਾਂ ਨੂੰ ਰਾਜਨੀਤੀ ਨਾਲ ਜੋੜਦੇ ਹਾਂ, ਇਹ ਬਿਲਕੁਲ ਸਹੀ ਨਹੀਂ ਹੈਗਾ। ਸੋ ਸਾਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਰਾਜਨੀਤੀ ਦੇ ਨਾਲ ਨਾ ਜੋੜਿਆ ਜਾਵੇ, ਕਿਸੇ ਧਰਮ ਨੂੰ ਰਾਜਨੀਤੀ ਨਾਲ ਨਾ ਜੋੜਿਆ ਜਾਵੇ, ਜਾਤਾਂ ਪਾਤਾਂ ਨੂੰ ਰਾਜਨੀਤੀ ਨਾਲ ਨਾ ਜੋੜਿਆ ਜਾਵੇ। ਅਗਰ ਰਾਜਨੀਤੀ ਕਰਨੀ ਹੈ ਤਾਂ ਦੇਸ਼ ਦੀ ਭਲਾਈ ਵਾਸਤੇ ਕਰੋ, ਸ਼ਾਂਤੀ ਵਾਸਤੇ ਕਰੋ, ਦੇਸ਼ ਦੀ ਡਿਵੈਲਪਮੈਂਟ ਵਾਸਤੇ ਕਰੋ।
ਸੋ ਤਾਂ ਕਿ ਸਾਡੇ ਦੇਸ਼ ਦੀ ਜਿਹੜੀ ਇਤਨੀ ਬੜੀ ਆਬਾਦੀ ਹੈ, ਇਹ ਬਹੁਤ ਬੜੀ ਇੱਕ ਸਮੱਸਿਆ ਬਣ ਸਕਦੀ ਹੈ। ਇਸ ਸਮੱਸਿਆ ਦਾ ਹੱਲ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਸਮੱਸਿਆਵਾਂ ਦੇ ਹੱਲ ਲੱਭ ਕੇ ਆਪਣੀ ਡਿਵੈਲਪਮੈਂਟ ਦੇ ਉੱਪਰ ਜ਼ਿਆਦਾ ਧਿਆਨ ਦੇਵਾਂਗੇ। ਮੈਂ ਚਾਹੁੰਦਾ ਹਾਂ, ਜਿਸ ਤਰ੍ਹਾਂ ਮੈਂ ਇਕੱਲਾ ਆਜ਼ਾਦੀ ਦੇ ਬਾਅਦ ਨਹੀਂ ਹਾਂ, ਹੋਰ ਵੀ ਮੇਰੇ ਕਈ ਭਰਾ ਖੜ੍ਹੇ ਨੇ ਪੂਰੇ ਦੇਸ਼ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਆਜ਼ਾਦ ਉਮੀਦਵਾਰ ਵੀ ਖੜ੍ਹੇ ਹੋਏ ਨੇ, ਪਾਰਟੀਆਂ ਵੱਲੋਂ ਵੀ ਖੜ੍ਹੇ ਹੋਏ ਨੇ। ਸੋ ਤੁਸੀਂ ਜੋ ਵੀ ਮੇਰੇ ਦਿਲ 'ਚ, ਜਿਸ ਤਰ੍ਹਾਂ ਕਿ ਮੈਂ ਆਪਣੇ ਦੇਸ਼ ਵਾਸਤੇ ਅੱਛੇ ਤੋਂ ਅੱਛਾ ਕਰਾਂ, ਦੂਸਰੇ ਜੇ ਆਜ਼ਾਦ ਉਮੀਦਵਾਰਾਂ ਦੇ ਵੀ ਦਿਲ ਦੇ ਵਿੱਚ ਇਹ ਤਮੰਨਾ ਹੈ, ਅਤੇ ਤੁਸੀਂ ਪਾਰਟੀਆਂ ਦੇਖ ਕੇ ਵੋਟ ਨਹੀਂ ਦੇਣੀ ਹੈ, ਤੁਸੀਂ ਆਪਣਾ ਉਮੀਦਵਾਰ ਦੇਖ ਕੇ ਉਹਨੂੰ ਵੋਟ ਦਿਓ ਤਾਂ ਕਿ ਉਹ ਵੀ ਆਪਣੇ ਦੇਸ਼ ਦੇ ਲਈ ਆਪਣਾ ਇੱਕ ਅੱਛਾ ਯੋਗਦਾਨ ਦੇ ਸਕੇ, ਆਪਣੇ ਜੋ ਉਹਦੇ ਦਿਲ ਦੇ ਵਿੱਚ ਗੱਲਬਾਤ ਹੈ ਉਹ ਵੀ ਕਰ ਸਕੇ। ਸੋ ਮੈਂ ਵੀ ਆਪਣੇ ਦਿਲੋਂ ਇਹ ਚਾਹੁੰਦਾ ਹਾਂ ਕਿ ਅਸੀਂ ਨਵੇਂ ਕਾਨੂੰਨ ਬਣਾਈਏ ਲੇਬਰ ਦੇ ਉੱਪਰ, ਬਾਕੀ ਹੈਲਥ ਦੇ ਉੱਪਰ, ਟ੍ਰੈਫਿਕ ਦੇ ਉੱਪਰ, ਹੋਰ ਮਤਲਬ ਨਸ਼ਿਆਂ ਦੇ ਉੱਪਰ, ਹੋਰ ਕਈ ਤਰ੍ਹਾਂ ਦੇ ਸਾਨੂੰ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ, ਔਰ ਮੈਂ ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਵਾਂਗਾ, ਔਰ ਉਹ ਰੀਅਲ ਦੇ ਵਿੱਚ ਪਾਵਾਂਗਾ। ਮੈਂ ਕੋਈ ਝੂਠੇ ਵਾਅਦੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੇਰਾ ਜ਼ਿਆਦਾਤਰ ਤਾਲਮੇਲ ਪਬਲਿਕ ਦੇ ਨਾਲ ਨਹੀਂ ਸੀ, ਫਿਰ ਵੀ ਮੈਂ ਆਪਣੇ ਦੇਸ਼ ਦੀ ਹਰ ਸਮੱਸਿਆ ਬਾਰੇ ਜਾਣਦਾ। ਸੋ ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਇੰਨੀ ਗੱਲ 'ਤੇ ਹੀ ਅੱਜ ਜਿਹੜੇ ਕੱਲ੍ਹ 19 ਮਈ ਨੂੰ ਚੋਣਾਂ ਹੋਣ ਲਈ ਜਾ ਰਹੀਆਂ ਨੇ, ਮੈਂ ਸਾਰੇ ਆਪਣੇ ਦੇਸ਼ ਵਾਸੀਆਂ ਨੂੰ, ਜਲੰਧਰ ਵਾਸੀਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਸ਼ਾਂਤਮਈ ਤਰੀਕੇ ਨਾਲ ਆਪਣੀ ਵੋਟ ਪਾਓ, ਤੁਹਾਡਾ ਇਹ ਅਧਿਕਾਰ ਹੈ, ਸਰਕਾਰ ਚੁਣਨ ਦਾ ਤੁਹਾਡਾ ਅਧਿਕਾਰ ਹੈ। ਸੋ ਇਸ ਅਧਿਕਾਰ ਨੂੰ ਵੱਧ ਤੋਂ ਵੱਧ ਤੁਸੀਂ ਮਤਲਬ ਅੱਗੇ ਵੱਧ ਚੜ੍ਹ ਕੇ ਹਿੱਸਾ ਲਓ, ਅਤੇ ਆਉਣ ਵਾਲੇ ਜਿਹੜੇ ਯੰਗ ਜਨਰੇਸ਼ਨ ਹੈ ਇਹ ਸਾਡੇ ਆਉਣ ਵਾਲੇ ਦੇਸ਼ ਦੀ ਜਿਹੜੀ ਚਿਰਾਗ ਹੈ। ਸੋ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਤਲਬ ਅੱਗੇ ਆਉਣਾ ਚਾਹੀਦਾ ਹੈ, ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਸ਼ ਦੇ ਬਾਰੇ ਸਿੱਖਣਾ ਚਾਹੀਦਾ ਹੈ। ਸੋ ਕੱਲ੍ਹ 19 ਮਈ ਨੂੰ ਹੋਣ ਵਾਲੀਆਂ ਜਿਹੜੀਆਂ ਚੋਣਾਂ ਆ, ਅਤੇ ਤੁਸੀਂ ਵੱਧ ਚੜ੍ਹ ਕੇ ਉਹਨਾਂ ਵਿੱਚ ਹਿੱਸਾ ਲਓ, ਔਰ ਆਪਣਾ ਉਹੀ ਉਮੀਦਵਾਰ ਚੁਣੋ ਜਿਹੜਾ ਤੁਹਾਡੇ ਦੇਸ਼ ਦੀ ਜਾਂ ਸਾਡੇ ਦੇਸ਼ ਦੀ ਸਮੱਸਿਆਵਾਂ ਦੇ ਹੱਲ ਲੱਭ ਸਕਦਾ ਹੈ, ਅਤੇ ਸਾਨੂੰ ਜਿਹੜਾ ਹੋਰ ਐਡਵਾਂਸ ਜਿਹੜਾ ਕਰ ਸਕਦਾ ਹੈ। ਔਰ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਆਪ ਸਭ ਦੀਆਂ ਆਸਾਂ 'ਤੇ ਪੂਰਾ ਖਰਾ ਉਤਰਾਂਗਾ, ਔਰ ਮੇਰੀ ਇਹ ਕੋਸ਼ਿਸ਼ ਵੀ ਰਹੇਗੀ। ਬਾਕੀ ਮੇਰੇ ਵੱਲੋਂ ਜਲੰਧਰ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ।